ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Job Alerts by Rjit Dutt ji ਅੱਜ ਦੀ ਵੀਡੀਓ ਵੀਡੀਓ ਹੈ ਜੀ ਇਹ ਪੰਜਾਬ ਦੇ ਵਿੱਚ ਜਿਹੜੀ ਸੜਕਾਂ ਪੋਣਾਂ ਵਾਸਤੇ ਜਿਹੜੀ ਕਿ ਭਾਰਤੀ ਆਈ ਹੈ ਉਹਦੇ ਬਾਰੇ ਰਿਗਾਰਡਿੰਗ ਆਪਾਂ ਵੀਡੀਓ ਬਣਾਈ ਹੈ ਜੀ ਪੂਰੀ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਹੰਤ ਤੱਕ ਬਣੇ ਰਹੋ ਜੀ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਜੋ ਨਿੱਕੀ-ਮੋਟੀ ਭਾਰਤੀ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਸਬਸਕ੍ਰਾਈਬ ਕਰਨ ਦੇ ਨੀਚੇ ਰੈੱਡ ਕਰਨ ਦਾ ਬਟਨ ਹੈ ਜੀ ਉਹਨੂੰ ਦਬਦਿਓ ਅਤੇ ਵੀਡੀਓ ਨੂੰ ਆਪਾਂ ਅੱਗੇ ਸ਼ੁਰੂ ਕਰਦੇ ਆਂ ਤਾਂ ਜਿਹੜੀ ਅੱਜ ਪੋਸਟ ਆਈ ਹੈ ਪੋਸਟ ਕੁਝ ਪਬਲਿਕ ਵਰਕਸ ਡਿਪਾਰਟਮੈਂਟ ਪੰਜਾਬ ਰੋਡ ਬ੍ਰਿਜ ਐਂਡ ਰੋਡ ਡਿਵੈਲਪਮੈਂਟ ਬੋਰਡ ਵੱਲੋਂ ਜਿਹੜੀ ਇਹ ਭਰਤੀ ਜਾਰੀ ਕੀਤੀ ਗਿਆ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਪੀ ਡਬਲਯੂ ਡੀ ਬ੍ਰਿਜ ਐਂਡ ਰੋਡ ਪੀ ਆਰ ਬੀ ਡੀ ਬੀ ਇੰਟੈਂਡਸ ਟੂ ਅਪੋਇੰਟ ਟੂ ਸੀਨੀਅਰ ਲੋਅਰਰ ਰੱਖਣ ਨੇ ਜੀ ਕੰਟਰੈਕਟ ਬੇਸਿਸ ਇੱਕ ਸਾਲ ਵਾਸਤੇ ਜਿਹੜਾ ਹੈ ਲੋਅ ਰੱਖਿਆ ਜਾਊਗਾ ਅਤੇ ਇਸ ਤੋਂ ਬਾਅਦ ਇਹਨਾਂ ਟੈਨਰ ਵਧਾ ਵੀ ਸਕਦੇ ਨੇ ਇਹ ਤੇ ਜੇਕਰ ਗੱਲ ਕਰ ਲਈ ਆਪਾਂ ਇਹਨੂੰ ਕੌਣ ਕੌਣ ਅਪਲਾਈ ਕਰ ਸਕਦਾਗਾ ਤਾ ਇਸ ਪੋਸਟ ਨੂੰ ਅਪਲਾਈ ਕਰਨ ਵਾਸਤੇ ਜੀ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ 10 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾਗਾ ਪੰਜਾਬ ਐਂਡ ਹਰਿਆਣਾ ਕੋਰਟ ਸੈਸ਼ਨ ਕੋਰਟ ਦੇ ਵਿੱਚ ਤੁਹਾਨੂੰ ਕੋਲ 10 ਸਾਲ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾਗਾ ਅਤੇ ਜੇਕਰ ਗੱਲ ਕਰ ਲਈਏ ਪੇ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਤੁਹਾਡੇ ਕੋਲ ਲਾ ਕਿੱਤੀ ਹੋਣੀ ਚਾਹੀਦੀ ਹੈ ਜੀ ਮਿਨੀਮ 55% ਤੁਹਾਡੇ ਕੋਲ ਨੰਬਰ ਹੋਣੇ ਚਾਹੀਦੇ ਤਾਂ ਤੁਸੀਂ ਇਹਨੂੰ ਭਰਨ ਵਾਸਤੇ ਐਲੀਜੀਬਲ ਹੋ ਤੇ ਜੇਕਰ ਗੱਲ ਕਰ ਲਿਆ ਪੱਕੇ ਹੋਰ ਇਹ 10ਵੀਂ ਤੁਹਾਡੀ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ ਦੇ ਵਿੱਚ ਜੀ ਇਹ ਲਾਜ਼ਮੀ ਹੈਗਾ ਜੇਕਰ ਗੱਲ ਕਰ ਲਈ ਆਪਾਂ ਨੂੰ ਭਰਨਾ ਕਿਵੇਂ ਆ ਤਾਂ ਤੁਸੀਂ ਇਹਨੂੰ ਆਫਲਾਈਨ ਭਰਨਾ ਜੀ ਆਫਲਾਈਨ ਕਿਸ ਪ੍ਰਕਾਰ ਭਰਨਾ ਆਫਲਾਈਨ ਭਰਨ ਵਾਸਤੇ ਤੁਹਾਨੂੰ ਆਪਣਾ ਜਿਹੜਾ ਪਲੇਨ ਪੇਪਰ ਦੇ ਉੱਪਰ ਸਾਰਾ ਬਾਇਓ ਡਾਟਾ ਲਿਖ ਕੇ ਆਪਣਾ ਸੀਵੀ ਵਗੈਰਾ ਆਪਣਾ ਸੈਂਡ ਕਰ ਦੇਣਾ ਜੀ ਇਹਨਾਂ ਨੂੰ ਤੇ ਜਿਹੜੀ ਇਹਨਾਂ ਨੂੰ ਅਪਲਾਈ ਕਰਨ ਦੀ ਲਾસ્ટ ਡੇਟ ਆ ਜੀ ਇਹਨਾਂ ਦੀ ਲਾસ્ટ ਡੇਟ ਇਹਨਾਂ ਜਿਹੜੀ ਰੱਖੀ ਗਈ ਹੈ ਇਹਨਾਂ ਨੇ 29 ਰੱਖੀ ਗਈ ਆ ਸਵੇਰ ਸ਼ਾਮ ਦੇ 5 ਵਜੇ ਤੱਕ ਜੀ ਸ਼ਾਮ ਦੇ 5 ਵਜੇ ਤੱਕ ਤੁਸੀਂ ਆਪਣਾ ਸਾਰਾ ਬਾਇਓ ਡਾਟਾ ਨੂੰ ਭੇਜਣਾ ਹੈਗਾ ਤੇ ਜੇਕਰ ਗੱਲ ਕਰ ਲਈ ਆਪਾਂ ਕਿੱਥੇ ਭੇਜਣਾ ਤਾਂ ਤੁਹਾਨੂੰ ਮੈਂ ਆਪਦਾ ਵੈੱਬਸਾਈਟ ਦਾ ਲਿੰਕ ਦੇ ਦੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉੱਤੇ ਉੱਤੇ ਜਾ ਕੇ ਦੇਖ ਸਕਦੇ ਹੋ ਕਿੱਥੇ ਇਹ ਸੈਂਡ ਕਰਨਾ ਹੈਗਾ ਸਾਰਾ ਕੁਝ ਤੁਹਾਨੂੰ ਆਪ ਪ੍ਰਾਪਤ ਹੋ ਜਾਏਗਾ ਸਾਰਾ ਲਿੰਕ ਵਗੈਰਾ ਤੁਹਾਨੂੰ ਚੰਗੀ ਤਰ੍ਹਾਂ ਪੜ ਲੈਣਾ ਨਹੀਂ ਤੇ ਜੇਕਰ ਗੱਲ ਕਰ ਲਈ ਆਪਾਂ ਸੈਲਰੀ ਵਗੈਰਾ ਕੀ ਹੈ ਜੀ ਸੈਲਰੀ ਜਿਹੜੀ ਇਹਨਾਂ ਨੇ ਰੱਖੀ ਗਈ ਹੈ ਜੀ ਇਹਨਾਂ ਨੇ ਕਟੁੱਟ 50000 ਰੁਪਏ ਪਰ ਮਹੀਨਾ ਜਿਹੜੀ ਇਹਨਾਂ ਨੇ ਸੈਲਰੀ ਰੱਖੀ ਗਈ ਹੈ ਜੀ ਤੇ ਜਿਹੜੀ ਉਮਰ ਉਮਰ ਸੀਮਾ ਜੀ ਉਹ ਉਮਰ 58 ਤੋਂ ਘੱਟ ਸਾਲ ਦਾ ਕੋਈ ਵੀ ਵਿਅਕਤੀ ਇਹਨਾਂ ਪਰ ਸਕਦਾ ਜੀ ਤੇ ਮੇਲ ਵਾਸਤੇ ਇਹ ਸਿਰਫ ਪੋਸਟ ਹੈ ਜੀ ਧੰਨਵਾਦ ਜੀ ਹੋਰ ਅੱਗੇ ਵੀਡੀਓ ਜਾਣਕਾਰੀ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ